ਹੈਲੋ ਹਾਂਜੀ ਸਸਿਕਾ ਦੋਸਤੋ ਦੋਸਤੋ ਆਪਾਂ ਮੰਗਾਇਆ ਸੀ ਇਹ ਫਾਰਮਰ ਸ਼ੂਜ਼ ਜਦੋਂ ਕਣਕ ਨੂੰ ਲਾਉਣਾ ਸੀ ਪਹਿਲਾ ਪਾਣੀ ਤੇ ਮੈਨੂੰ ਇਹ ਬਹੁਤ ਵਧੀਆ ਲੱਗੇ ਤੇ ਮੈਂ ਸੋਚਿਆ ਵੀ ਚਲੋ ਇਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦਾ ਇਹਨਾਂ ਨੂੰ ਵੈਸੇ ਪੈਡੀ ਸ਼ੂ ਕਹਿੰਦੇ ਆ ਝੋਨੇ ਦੇ ਵਿੱਚ ਇਹ ਕੰਮ ਆਉਂਦੇ ਆ ਤੇ ਆਪਾਂ ਇਹ Amazon ਤੋਂ ਮੰਗਾਇਆ ਸੀ ਤੇ ਲਗਭਗ 15 1550 ਦੇ ਏੜ ਗੜ ਏ ਆਏ ਸੀ ਤੇ ਬਹੁਤ ਵਧੀਆ ਰਹੇ ਆ ਕਣਕ ਦਾ ਪਹਿਲਾ ਪਾਣੀ ਤੋਂ ਲੈ ਕੇ ਆ ਹੁਣ ਅਖੀਰਲਾ ਪਾਣੀ ਤੇਜਾ ਪਾਣੀ ਲੱਗਦਾ ਪਿਆ ਤੇ ਆਪਾਂ ਇਹਦੇ ਨਾਲ ਹੀ ਲਾਉਂਦੇ ਪਿਆ ਵੀ ਕੋਈ ਇਹ ਟੁੱਟੇ ਨਹੀਂ ਕੋਈ ਕੁਝ ਨਹੀਂ ਹੋਇਆ ਇਹਨਾਂ ਨੂੰ ਤੇ ਜੇ ਮੈਂ ਇਹਨਾਂ ਦੀ ਖਾਸੀਅਤ ਦੀ ਗੱਲ ਕਰਾਂ ਸਭ ਤੋਂ ਵੱਡੀ ਖਾਸੀਅਤ ਇਹ ਆ ਵੀ ਇੱਥੇ ਮਰਜ਼ੀ ਆਪਾਂ ਗਿੱਲੇ ਥਾਂ ਦੇ ਵਿੱਚ ਜਿੱਥੇ ਮਰਜ਼ੀ ਪਾਣੀ ਦੇ ਵਿੱਚ ਬੜੇ ਫਰੀਏ ਵੀ ਮਿੱਟੀ ਨੂੰ ਪਕੜ ਨਹੀਂ ਕਰਦੇ ਇਹਨਾਂ ਦਾ ਕੋਈ ਮਟੀਰੀਅਲ ਹੀ ਇਸ ਤਰ੍ਹਾਂ ਦਾ ਤੇ ਦੂਸਰਾ ਇਹ ਆ ਵੀ ਇਹ ਨਾ ਜਿਤਨਾ ਹੁਣ ਕਣਕ ਦਾ ਪਹਿਲਾਂ ਪਾਣੀ ਜਦੋਂ ਲਾਉਣਾ ਸੀ ਆਪਾਂ ਤੇ ਠੰਡ ਕਿੰਨੀ ਪੈ ਰਹੀ ਸੀ ਤੇ ਜਿਤਨਾ ਮਰਜ਼ੀ ਆਪਾਂ ਵੀ ਪਾਣੀ ਵੇਖਣ ਲਈ ਵੀ ਕਣਕ ਦੇ ਵਿੱਚ ਤੁਰੇ ਫਰੀਏ ਵੀ ਇੱਕ ਤਾਂ ਕੱਪੜੇ ਨਹੀਂ ਸੀ ਗਿੱਲੇ ਹੁੰਦੇ ਕਿਉਂਕਿ ਇੱਥੋਂ ਤੱਕ ਇਹ ਕਰਦੇ ਪਏ ਆ ਵੀ ਪੱਟਾਂ ਤੱਕ ਇਹ ਵੀ ਪੂਰਾ ਕਵਰ ਕਰਦੇ ਪਏ ਆ ਤੇ ਇੱਕ ਇਹ ਥਲੋ ਪੈਰਾਂ ਦੀ ਉਂਗਲਾਂ ਨਹੀਂ ਸੀ ਠਰਦੀਆਂ ਜਿਵੇਂ ਮਰਜ਼ੀ ਵੀ ਅਗਲੇ ਪਾਸੇ ਇਹ ਨਹੀਂ ਗਾ ਵੀ ਉਂਗਲਾਂ ਸੁngੜ ਜਾਣਗੀਆਂ ਐਹੋ ਜਿਹਾ ਕੁਝ ਨਹੀਂ ਗਾ ਮੋਟਰਸਾਈਕਲ ਤੇ ਵੀ ਜੇ ਆਪਾਂ ਖੇਤ ਗੇੜਾ ਗੇੜਾ ਮਾਰਨ ਜਾਂਦੇ ਤੇ ਉਹ ਵੀ ਹਵਾ ਤੋਂ ਵੀ ਇਹ ਬਚਾਉਂਦੇ ਸੀ ਤੇ ਇੱਕ ਹੋਰ ਜਿਹੜੀ ਮੇਨ ਇਹਨਾਂ ਦਾ ਹੈਗਾ ਕੰਮ ਹੈਗਾ ਉਹ ਹੈਗਾ ਵੀ ਸੱਪ ਕੰਡੇ ਤੋਂ ਬਚਾਉਣਾ ਜਿਦਾਂ ਹੁਣ ਕਾ ਕਾ ਫੂਸ ਜਿਤੇ ਆਪਾਂ ਬੱਟਾ ਬੱਟਾ ਦੇ ਤੁਰਦੇ ਤਰਦੇ ਆ ਤੇ ਸੱਪ ਕੰਡੇ ਹੁਣ ਗਾਂ ਅੱਗੇ ਦੇਣ ਆ ਜਣੇ ਆ ਤੇ ਵੀ ਇਹ ਪੂਰਾ ਪੂਰੀ ਪ੍ਰੋਟੈਕਸ਼ਨ ਕਰਦੇ ਆ ਵੀ ਇਹ ਤੱਕ ਫੋਟੋ ਡੇਟ ਤੱਕ ਤਾਂ ਇਹ ਵੀ ਪੂਰਾ ਵੀ ਜੋ ਮਰਜ਼ੀ ਵੀ ਇਹਦੇ ਵਿੱਚ ਭਵੇਂ ਮਾਰੀ ਜਾਈਏ ਆਪਾਂ ਸੋਈਆਂ ਵੀ ਮਾਰੀ ਜਾਈਏ ਵੀ ਉਹ ਵੀ ਔਖਾ ਵਿੱਚੋਂ ਲੰਘਣਾ ਵੀ ਪੂਰਾ ਸੱਪ ਕੰਡੇ ਤੋਂ ਬਚਾਉਂਦੇ ਆਏ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਔਣ ਦਾ ਸੀਜ਼ਨ ਆਉਣ ਨਾਲ ਤੇ ਗਰਮੀ ਪੈਣ ਕਰਕੇ ਹੁਣ ਸੱਪ ਕੰਡੇ ਕਿਹੜੇ ਮਕੌੜੇ ਉਹਨਾਂ ਨੇ ਵੀ ਬਾਹਰ ਆਉਣਾ ਸ਼ੁਰੂ ਹੋ ਜਾਣਾ ਤੇ ਵਟਾ-ਵਟਾ ਦੇ ਤੁਰਦੇ ਆ ਵੀ ਇਹ ਪੂਰਾ ਆਪਾਂ ਨੂੰ ਬਚਾਉਂਦੇ ਆ ਉਹ ਉਹਨਾਂ ਚੀਜ਼ਾਂ ਤੋਂ ਵੀ ਬੰਦਾ ਜਿਵੇਂ ਮਰਜ਼ੀ ਵੀ ਅੱਖਾਂ ਬੰਦ ਕਰਕੇ ਤੁਰੇ ਫਿਰੇ ਵਟਾ-ਵਟਾ ਦੇ ਉੱਪਰ ਐ ਕੋਈ ਚੱਕਰ ਨਹੀਂ ਹੈਗਾ ਤੇ ਸਾਰੇ ਦੋਸਤਾਂ ਨੂੰ ਚਾਹੀਦਾ ਵੈਸੇ ਇਹ ਮੰਗਾਉਣੇ ਤੇ ਕਿਉਂਕਿ ਜ਼ਿੰਦਗੀ ਤੋਂ ਕੀਮਤੀ ਕੋਈ ਚੀਜ਼ ਨਹੀਂ 15 1500 ਰੁਪਈਆ ਕੋਈ ਚੀਜ਼ ਨਹੀਂ ਹੁੰਦੀ ਕੋਈ ਖਾਸ ਨਹੀਂ ਹੁੰਦਾ ਤੇ ਬਾਕੀ ਤੁਹਾਨੂੰ ਇਹ ਕਿਸ ਤਰ੍ਹਾਂ ਦੇ ਲੱਗੇ ਸ਼ੂ ਮੈਨ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ